ਬਟਾਲਾ ਵਿਖੇ ਫੈਕਟਰੀ ਵਿੱਚ ਜਿਹੜਾ ਧਮਾਕਾ ਹੋਇਆ ਉਸ ਦੇ ਸੰਬੰਧ ਵਿੱਚ ਅੱਜ ਚੰਡੀਗੜ੍ਹ ਤੋਂ ਫੋਰੈਂਸਿਕ ਵਿਭਾਗ ਦੀ ਟੀਮ ਇੱਥੇ ਪਹੁੰਚੀ ਹੋਈ ਹੈ। ਉਹਨਾਂ ਨੇ ਸੈਂਪਲਿੰਗ ਵਗੈਰਾ ਕਰ ਲਈ ਹੈ ਅਤੇ ਸੈਂਪਲ ਟੈਸਟ ਵਾਸਤੇ ਲੈਬ ਟੈਸਟ ਵਾਸਤੇ ਲਿਜਾਏ ਜਾ ਰਹੇ ਨੇ। ਸਵੇਰ ਤੋਂ ਹੀ ਇਹ ਟੀਮ ਜਿਹੜੀ ਇੱਥੇ ਮੌਕਾ ਇਬਾਦਤ 'ਤੇ ਜੁਟੀ ਹੋਈ ਸੀ। ਇਹਨਾਂ ਵੱਲੋਂ ਜਿਹੜੇ ਸੈਂਪਲ ਲਿੱਤੇ ਗਏ ਨੇ ਫੋਰੈਂਸਿਕ ਟੀਮ ਵੱਲੋਂ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਈ ਉਹਨਾਂ ਦਾ ਕੀ ਆਖਣਾ, ਵੀ ਕਿਹੜੇ ਕਿਹੜੇ ਸੈਂਪਲ ਜਿਹੜੇ ਲਿੱਤੇ ਗਏ ਨੇ ਮੌਕੇ ਤੋਂ ਔਰ ਇਹਨਾਂ ਦੀ ਕੀ ਰਿਪੋਰਟ ਜਿਹੜੀ ਉਹ ਕਦੋਂ ਆਊਗੀ। ਸਰ, ਜਿਹੜੇ ਕਿਹੜੇ ਕਿਹੜੇ ਸੈਂਪਲ ਲਿੱਤੇ ਗਏ ਨੇ ਮੌਕੇ ਤੋਂ? ਉਹ ਜਿਹੜੀ ਟੀਮ ਆਈ ਨਾ ਚੰਡੀਗੜ੍ਹ ਤੋਂ ਉਹ ਚੱਲ ਗਈ ਆ, ਅਸੀਂ ਲੋਕਲ ਹੀ ਇੱਥੋਂ ਦੇ ਹਾਂ, ਉਹ ਟੀਮ ਚੱਲ ਗਈ ਚੰਡੀਗੜ੍ਹ। ਸਰ, ਇਹਨਾਂ ਸੈਂਪਲ ਜਿਹੜੇ ਲੈ ਗਏ ਉਹਨਾਂ ਨੂੰ ਪਤਾ ਹੋਣਾ, ਸਾਨੂੰ ਨਹੀਂ ਪਤਾ ਇਹਦੇ ਬਾਰੇ। ਇਹ ਸੈਂਪਲ ਜਿਹੜੇ ਤੁਸੀਂ ਹੱਥੀ ਫੜੇ ਹੋਏ? ਹਾਂਜੀ, ਇਹ ਉਹਨਾਂ ਨੇ ਲਏ ਆ, ਇਹ ਆਪਾਂ ਆਈ ਨੂੰ ਦੇ ਦੇਣੇ, ਉਹਨੇ ਭੇਜ ਦੇਣੇ ਚੰਡੀਗੜ੍ਹ ਭੇਜਣੇ। ਸਰ, ਆਪ ਲੋਕ ਅਮੂਮਨ ਕਿੰਨੇ ਦਿਨਾਂ 'ਚ ਆ ਜਾਂਦਾ ਜੀ ਇਹਨਾਂ ਦਾ ਸੈਂਪਲਾਂ ਦਾ ਰਿਪੋਰਟ? ਕਿੰਨੇ ਦਿਨ ਆ ਜਾਂਦੀ? ਇੱਕ ਮਿੰਟ ਮੇਰੇ, ਉਹ ਦੱਸਿਓ ਕਿੰਨੇ ਦਿਨ ਦੀ ਰਿਪੋਰਟ ਆ? ਕਿਤੇ ਨਾ ਕਿਤੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਝਿਜਕ ਮਹਿਸੂਸ ਕਰ ਰਹੇ ਨੇ ਅਧਿਕਾਰੀ, ਪਰ ਫਿਰ ਵੀ ਜਿਹੜੇ ਸੈਂਪਲ ਉਹ ਮੌਕੇ ਤੋਂ ਲਿੱਤੇ ਗਏ ਨੇ ਅਤੇ ਇਹ ਇਹਨਾਂ ਦੀ ਜਾਂਚ ਵਾਸਤੇ ਇਹਨਾਂ ਨੂੰ ਲੈਬੋਰਟਰੀ ਵੱਲ ਲਿਜਾਇਆ ਜਾ ਰਿਹਾ ਹੈ, ਤਾਂ ਉਸ ਤੋਂ ਬਾਅਦ ਰਿਪੋਰਟ ਆਉਣ ਤੋਂ ਬਾਅਦ ਸਪਸ਼ਟ ਹੋ ਸਕੇਗਾ ਕਿ ਜਿਹੜਾ ਬਲਾਸਟ ਹੈ ਉਹ ਕਿਉਂ ਹੋਇਆ, ਉਸ ਬਲਾਸਟ ਦਾ ਕੀ ਕਾਰਨ ਸੀ। ਕੈਮਰਾ ਪਰਸਨ ਮੁਕੇਸ਼ ਬਾਵਾਨਾ, ਸਿਕੰਦਰ ਪਸੀਚਾ, ਥੈਂਕਸ ਫੋਰ ਟੀਵੀ ਬਟਾਲਾ। ਹੈਲੋ ਐਵਰੀਵਨ, ਮਾਈ ਨੇਮ ਇਜ਼ ਦੇਵਾ ਸੈਟੀ, ਆਈ ਐਮ ਫਰੋਮ ਫਗਵਾੜਾ ਔਰ ਮੈਂ 25 ਸਾਲ ਕੀ ਹੂੰ। ਵਨ ਆਫ ਮਾਈ ਫਰੈਂਡ ਫਰੋਮ ਜਲੰਧਰ, ਉਹਨੇ ਮੁਝੇ ਬੋਡੀ ਫੈਟ ਕੇ ਬਾਰੇ ਮੈਂ ਬਤਾਇਆ। ਸਿਰਫ 3 ਮਹੀਨੇ ਯਹਾਂ ਪੇ ਸਪੈਂਡ ਕਰਨੇ ਕੇ ਬਾਅਦ ਮੈਨੇ ਟੋਟਲ ਵੇਟ ਲਾਸ ਯਹਾਂ ਪੇ 16 ਕੇਜੀ ਕੀਆ ਹੈ ਔਰ ਮੇਰਾ ਇੰਚ ਲਾਸ ਵੀ 70 ਪਲੱਸ ਕੀਆ ਹੈ। ਆਈ ਵੁੱਡ ਲਾਈਕ ਟੂ ਸੇ ਪਲੀਜ਼ ਕਮ ਹੇਅਰ ਫੋਰ ਅ ਹੈਲਦੀ ਵੇਟ ਲਾਸ ਐਂਡ ਯੂ ਵਿਲ ਸੀ ਦ ਰਿਜ਼ਲਟਸ। ਥੈਂਕ ਯੂ ਸੋ ਮਚ। ਸਾਡਾ ਅੱਜ ਤੋਂ